ਅੱਜ ਆਪਾਂ ਗਏ ਸੀਗੇ ਆਪਣੀ ਜੁਗਨੀ ਦਾ ਸਿਜ਼ੇਰੀਅਨ ਕਰਵਾਉ। ਇਹ ਸਿਜ਼ੇਰੀਅਨ ਕਿੱਥੋਂ ਕਰਵਾਇਆ ਆਪਾਂ ਕੀ ਇਹਦੀ ਕਾਸਟ ਆਈ ਆ ਕੀ ਇਹਦੀ ਪ੍ਰੀਕਾਸ਼ਨਸ ਆਪਾਂ ਨੂੰ ਕਰਨੇ ਚਾਹੀਦੇ ਆ ਰੁਕ ਜੋ ਜੀ ਰੁਕ ਜੋ ਰੁਕ ਜੋ ਵੀਡੀਓ ਸਕਿਪ ਨਾ ਕਰਿਓ ਵੀਡੀਓ ਬਹੁਤ ਹੀ ਇਨਫੋਰਮੇਟਿਵ ਹੋਊਗੀ। ਅੱਜ ਆਪਾਂ ਗਏ ਸੀਗੇ ਆਪਣੀ ਜੁਗਨੀ ਦਾ ਸਿਜ਼ੇਰੀਅਨ ਕਰਵਾਉ। ਇਹ ਸਿਜ਼ੇਰੀਅਨ ਕਿੱਥੋਂ ਕਰਵਾਇਆ ਆਪਾਂ ਕੀ ਇਹਦੀ ਕਾਸਟ ਆ ਕੀ ਇਹਦੀ ਪ੍ਰੀਕਾਸ਼ਨਸ ਆਪਾਂ ਨੂੰ ਕਰਨੇ ਚਾਹੀਦੇ ਆ ਜਾਂ ਜਾਨ ਨੂੰ ਆਪਾਂ ਜਦੋਂ ਲੈ ਕੇ ਜਾਣਾ ਉਦੋਂ ਆਪਾਂ ਨੂੰ ਕੀ ਕੀ ਆਪਣੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਉਹ ਸਾਰਾ ਇਹ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਹ ਪਹਿਲਾਂ ਤਾਂ ਜਦੋਂ ਆਪਾਂ ਲੈ ਕੇ ਜਾਂਦੇ ਆ ਉੱਥੇ ਜਿਵੇਂ ਤੁਸੀਂ ਦੇਖਿਆ ਹੁਣ ਇਹ ਲੱਗਦਾ ਵਾ ਬਿਓਸ਼ੀ ਵਾਲਾ ਆਪਾਂ ਜੀ ਨੂੰ ਟੀਕਾ ਕਹਿੰਦੇ ਆ ਇਹਦੇ ਟੀਕੇ ਨਾ ਬਹੁਤ ਤਰ੍ਹਾਂ ਦੇ ਆਉਂਦੇ ਆ ਪਰ ਜਿੱਥੋਂ ਆਪਾਂ ਆਪਰੇਟ ਕਰਵਾਉਂਦੇ ਆ ਉੱਥੇ ਬੈਸਟ ਕੁਆਲਿਟੀ ਹਮੇਸ਼ਾ ਵਰਤਿਆ ਜਾਂਦਾ ਜਿਹੜਾ ਇੱਕ ਲੋ ਕੋਸਟ ਦੇ ਟੀਕੇ ਆਉਂਦੇ ਆ ਉਹ ਵੱਡੀ ਫੀਮੇਲ ਨੂੰ ਸਨ ਕਰਨ ਦੇ ਨਾਲ ਨਾਲ ਬੱਚਿਆਂ ਤੇ ਵੀ ਇਫੈਕਟ ਕਰਦੇ ਆ ਪਰ ਜਿਹੜਾ ਇਹ ਆਪਾਂ ਡਾਕਟਰ ਸਾਹਿਬ ਨੇ ਇੰਜੈਕਸ਼ਨ ਇਹਦੇ ਯੂਜ਼ ਕੀਤਾ ਹੈ ਬੱਚਿਆਂ ਤੇ ਬਿਲਕੁਲ ਇਫੈਕਟ ਨਹੀਂ ਕਰਦਾ। ਕਈ ਵਾਰ ਆਪਾਂ ਦੇਖਦੇ ਨਾ ਜਦੋਂ ਸੇਜ਼ੀਅਨ ਕਰਵਾਉਣ ਤੋਂ ਬਾਅਦ ਬੱਚੇ ਥੋੜੇ ਜਿਹਾ ਬੇਹੋਸ਼ ਟਾਈਪ ਨਹੀਂ ਹੁੰਦੇ ਆ ਜਾਂਦੇ ਹੁੰਦੇ ਆ ਵੀ ਉਹ ਸਵਰਤਝੀ ਨਹੀਂ ਫੜਦੇ ਬੱਚੇ ਕਾਫੀ-ਕਾਫੀ ਟਾਈਮ ਉਹ ਇੰਜੈਕਸ਼ਨ ਕਰਕੇ ਹੀ ਹੁੰਦਾ ਵਾ। ਕਿਉਂਕਿ ਜਦੋਂ ਬੱਚੇ ਫੀਮੇਲ ਨੇ ਤਾਂ ਸੱਲ ਹੋਣਾ ਹੀ ਹੋਣਾ ਨਾਲ ਉਹ ਬੱਚਿਆਂ ਨੂੰ ਵੀ ਕਰ ਦਿੰਦਾ ਇੰਨਾ ਜ਼ਿਆਦਾ ਉਹ ਤੇਜ਼ ਹੁੰਦਾ। ਇਹ ਜਿਹੜਾ ਇਹ ਬੱਚਿਆਂ ਤੇ ਇਫੈਕਟ ਨਹੀਂ ਕਰੂਗਾ ਬਿਲਕੁਲ ਵੀ ਤੁਸੀਂ ਦੇਖੋਗੇ ਕਿ ਜਦੋਂ ਜਦੋਂ ਵੀ ਬੱਚੇ ਨਿਕਲਣਗੇ ਉਹਨਾਂ ਨੂੰ ਆਪਾਂ ਜਦੋਂ ਵੀ ਆਪ ਇਹ ਇਹਦਾ ਅ ਇਫੈਕਟ ਨਹੀਂ ਜਾਂਦਾ ਬੱਚਿਆਂ ਤੇ ਜਦੋਂ ਆ ਪਹਿਲਾ ਡਾਕਟਰ ਸਾਹਿਬ ਨੇ ਬੱਚਾ ਕੱਢਿਆ ਇਹ ਸੀ ਤਾਂ ਬਲੈਕ ਕਲਰ ਦਾ ਬਟ ਮੈਂ ਕੋਲੇ ਖੜਾ ਕਰਕੇ ਉਹਨਾਂ ਜਦੋਂ ਬੱਚਾ ਗਿੱਲਾ ਹੁੰਦਾ ਉਹਦੇ ਕਲਰ ਦਾ ਥੋੜਾ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਮੈਨੂੰ ਬਲੂ ਲੱਗਿਆ ਮੈਂ ਤਾਂ ਕਿਤੇ ਬਲੂ ਆ ਬੱਚਾ ਇਹ ਕਿਉਂਕਿ ਇਹ ਫੀਮੇਲ ਆ ਜਿਹੜੀ ਇਹ ਆਪ ਵੀ ਬਲੂ ਡੌਗ ਦੀ ਡਾਕਟਰ ਆ ਤੇ ਇਹ ਮੇਟ ਵੀ ਆਪਾਂ ਬਲੂ ਆਪਣੇ ਵਾਲੇ ਬਲੂ ਡੌਗ ਤਾਂ ਹੀ ਕਰਵਾਈ ਸੀਗੀ ਤੇ ਉਹਦੇ ਕਰਕੇ ਮੈਨੂੰ ਤਾਂ ਬਲੂ ਤਾਂ ਭੁਲੇਖਾ ਪਿਆ ਸੀਗਾ ਬਟ ਇਹਦੇ ਲਿਟਰ ਦੇ ਵਿੱਚ ਆਇਆ ਬਲੂ ਬੱਚਾ ਉਹ ਆਪਾਂ ਨੈਕਸਟ ਬੱਚਾ ਦੇਖਦੇ ਆ ਜਮਾ ਇੱਥੇ ਲਗਾਉਣਗਾ ਮੈਨੂੰ ਨ ਜਿਹੜਾ ਆਪਰੇਸ਼ਨ ਵਾਲਾ ਕੱਟ ਆਇ ਮੈਨੂੰ ਥੋੜਾ ਬਲਰ ਕਰਨਾ ਪਿਆ ਕਿਉਂਕਿ ਫੇਸਬੁੱਕ ਦੀ ਗਾਈਡਲਾਈਨਸ ਅਕੋਰਡਿੰਗ ਆਪਾਂ ਪਾ ਨਹੀਂ ਸਕਦੇ ਨਾ ਕੱਟ ਵਾਲਾ ਤੇ ਉਹਦੇ ਕਰਕੇ ਮੈਨੂੰ ਕਰਨਾ ਪਿਆ ਬਲਰ ਇਹ ਅਦਰਵਾਇਜ਼ ਮੈਂ ਤੁਹਾਨੂੰ ਬੱਚਾ ਉੱਥੋਂ ਵੀ ਨਿਕਲਦਾ ਦਿਖਾ ਦਿੰਦਾ ਜਿਹੜਾ ਆ ਹੁਣ ਬੱਚਾ ਡਾਕਟਰ ਸਾਹਿਬ ਕੱਢਣਗੇ ਇਹ ਬਲੂ ਕਲਰ ਦਾ ਬੱਚਾ ਸੀਗਾ ਪਹਿਲਾਂ ਦੋ ਬਲੈਕ ਆਏ ਨੇ ਤੇ ਫਿਰ ਇੱਕ ਬਲੂ ਕਲਰ ਦਾ ਬੱਚਾ ਤਿੰਨ ਬੱਚੇ ਆਏ ਆ ਫੀਮੇਲ ਦੇ ਤੇ ਜੇ ਮੈਂ ਤੁਹਾਨੂੰ ਆ ਆ ਬੱਚਾ ਦੇਖ ਲੈਣੇ ਪਹਿਲਾਂ ਆਪਾਂ ਬਲੂ ਬੱਚਾ ਫਿਰ ਆਪਾਂ ਗੱਲ ਕਰਦੇ ਆ ਵੀ ਇਹ ਮੈਂ ਕਿੱਥੋਂ ਕਰਵਾਇਆ ਅਪਰੇਟ ਆ ਬੱਚਾ ਸੀਗਾ ਬਲੂ ਕਲਰ ਦਾ ਜੀ ਇਹ ਉਧਰ ਜਾ ਕੇ ਸਾਫ ਕਰਕੇ ਤੁਹਾਨੂੰ ਬੱਚਾ ਫੇਰ ਮੈਂ ਸਾਰਾ ਕਲਰ ਵੀ ਦਿਖਾਉਣੀ ਆ ਉਹਦੇ ਇਹ ਆਪਰੇਟ ਮੈਂ ਕਰਵਾਇਆ ਵਾ ਜੀ ਡਾਕਟਰ ਜਸਪ੍ਰੀਤ ਜਸਪ੍ਰੀਤ ਮੌਜ ਲੁਧਿਆਣਾ ਕੈਪਸ ਮਾਰਕੀਟ ਦੇ ਕੋਲੇ ਨੇ ਜਿਹੜੇ ਆਪਣੇ ਲੁਧਿਆਣਾ ਡਿਸਟ੍ਰਿਕਟ ਜਾਂ ਲੁਧਿਆਣੇ ਦੇ ਆਸੇ ਪਾਸੇ ਦੇ ਪੰਜ ਛੇ ਡਿਸਟ੍ਰਿਕਟਾਂ ਦੇ ਵਿੱਚ ਇਹ ਡਾਕਟਰ ਸਾਹਿਬ ਇਹੀ ਮਸ਼ਹੂਰ ਨੇ ਜਾਨਕਿ ਇਹਨਾਂ ਦੇ ਹੱਥ ਦੀ ਆਪਾਂ ਨੂੰ ਗਰੰਟੀ ਹੁੰਦੀ ਹੈ ਜਿਹੜਾ ਇੱਕ ਆਹ ਕੰਮ ਕਰ ਰਿਹਾ ਨਾ ਇਹ ਡਾਕਟਰ ਸਾਹਿਬ ਦੇ ਨਾਲ ਜਿਹੜੇ ਵਰਕਰ ਹੈਲਪਰ ਨੇ ਆਪਾਂ ਆਹ ਜਿਹੜਾ ਕਰਦੇ ਆ ਤੁਸੀਂ ਦੇਖ ਸਕਦੇ ਹੋ ਬੱਚੇ ਦੇ ਮੂੰਹ ਦੇ ਵਿੱਚੋਂ ਪਾਣੀ ਕਿੰਨਾ ਇਹ ਕਰਨਾ ਨਾ ਬਹੁਤ ਜ਼ਰੂਰੀ ਹੁੰਦਾ ਬੱਚੇ ਨੂੰ ਮਲਣਾ ਬੱਚੇ ਦੇ ਨੱਕ ਨੂੰ ਮਲਣਾ ਕਿਉਂਕਿ ਜਦੋਂ ਆਪਾਂ ਬੱਚਾ ਕੱਢਦੇ ਨਾ ਬੱਚੇ ਦੇ ਅੰਦਰ ਪਾਣੀ ਪੂਣੀ ਪੈ ਜਾਂਦਾ ਤੁਸੀਂ ਹਰੇਕ ਆ ਦੇਖੋ ਆ ਹਰੇਕ ਬੱਚੇ ਦੇ ਦੇਖੋਗੇ ਮੂੰਹ ਦੇ ਵਿੱਚੋਂ ਪਾਣੀ ਡਿੱਗੂਗਾ ਜੇ ਆਪਾਂ ਇਹ ਨਾ ਕੱਢੀਏ ਤਾਂ ਬੱਚਿਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਬਹੁਤ ਬਹੁਤ ਜ਼ਿਆਦਾ ਬੱਚੇ ਨਾ ਐਕਸਪਾਇਰ ਵੀ ਹੋ ਜਾਂਦੇ ਆ ਮਰ ਜਾਂਦੇ ਆ ਬੱਚੇ ਇਹਦੇ ਵਿੱਚ ਤੇ ਇਹ ਆਪਾਂ ਨੂੰ ਬਹੁਤ ਕਰਨਾ ਬਹੁਤ ਜ਼ਰੂਰੀ ਆ ਤੇ ਮੈਂ ਗੱਲ ਕਰ ਰਿਹਾ ਸੀ ਵੀ ਆਪਾਂ ਇਹ ਆਪਰੇਟ ਕਰਵਾਇਆ ਡਾਕਟਰ ਜਸਪ੍ਰੀਤ ਤੋਂ ਲੁਧਿਆਣੇ ਤੋਂ ਇਹ ਇਹਦੇ ਤੇ ਕਾਸਟ ਦੀ ਆਪਾਂ ਗੱਲ ਕਰੀਏ ਕਾਸਟ ਇਹਦੇ ਤੇ ਕੋਈ ਲਗਭਗ 8-9000 ਰੁਪਿਆ ਕਾਸਟ ਇਹਦੀ ਆ ਜਾਂਦੀ ਆ ਆਪਰੇਸ਼ਨ ਦਾ ਖਰਚਾ ਜਿਹਦੇ ਚ ਤੇ ਉਸ ਤੋਂ ਬਾਅਦ ਦੀਆਂ ਵਿੱਚ ਦੀਆਂ ਜਿਹੜੀਆਂ 4-5 ਜਾਂਦੀਆਂ ਮੈਡੀਸਿਨਸ ਹੁੰਦੀਆਂ ਨੇ ਉਹ ਸਾਰਾ ਕੁਝ ਕਰਕੇ ਇਹਦੇ ਤੇ 7000 8000 9000 ਇੱਥੇ ਤੱਕ ਖਰਚਾ ਆ ਜਾਂਦਾ ਜਿੱਦਾਂ ਜਿੱਦਾਂ ਦੀ ਫੀਮੇਲ ਦੀ ਕੰਡੀਸ਼ਨ ਹੋਵੇ ਉਹ ਸਾਰਾ ਉਹ ਸਾਬ ਨਾਲ ਜਿੰਨਾ ਆਏ ਉਹਦੇ ਤੇ ਇੰਜੈਕਸ਼ਨ ਲੱਗ ਜਵੇ ਉਸਾਉਣਾ ਹੀ ਖਰਚਾ ਉਹ ਕਰਦਾ ਪੈਸੇ ਡਾਕਟਰ ਸਾਹਿਬ ਦਾ ਪੈਕੇਜ ਆ ਜਿਹੜਾ ਉਸੇ 7000 ਰੁਪਏ ਤੋਂ ਲੱਗਦੇ ਤੇ ਉੱਪਰ ਦਵਾਈਆਂ ਹੁੰਦੀਆਂ ਜਿਹੜੀਆਂ ਇਹ ਰੀਆਂ ਉਸ ਦੇ ਕਰਕੇ ਆਏ ਤੇ ਇਹ ਆ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਤਿੰਨ ਬੱਚਿਆਂ ਦੀ ਇਹ ਇਹਨਾਂ ਦੀ ਆਪਦੀ ਪਈ ਹੈਪੀ ਫੈਮਿਲੀ ਹੋ ਗਈ ਤਿੰਨ ਬੱਚੇ ਆ ਤੇ ਇਹਨਾਂ ਦੀ ਮਾਂ ਦੇ ਦੋ ਇਹ ਜਿਹੜੀਆਂ ਦੋ ਆ ਇਹ ਬਲੈਕ ਫੀਮੇਲ ਹਨ ਜਿਹੜਾ ਮੂਰੇ ਬਲੂ ਕਲਰ ਦਾ ਪਿਆ ਬੱਚਾ ਇਹ ਮੇਲ ਆ ਜੀ ਇਹ ਤਿੰਨ ਬੱਚੇ ਆਪਣੇ ਹੋਏ ਹਨ ਲਿਟਰ ਦੇ ਵਿੱਚੋਂ ਤੇ ਇੱਕ ਨਾ ਆਪਾਂ ਜਦੋਂ ਇੱਕ ਇਹਦੇ ਚ ਗੌਰ ਕਰਿਓ ਵੀ ਜਦੋਂ ਆਪਾਂ ਬੱਚੇ ਨੂੰ ਛੋਟੇ ਆਪਾਂ ਲਾਉਨੇ ਆ ਉਹ ਮੈਂ ਅੱਗੇ ਵੀਡੀਓ ਵੀ ਮੈਂ ਲਾ ਦਿੰਨਾ ਇਹਦੇ ਕਈ ਵਾਰ ਆਪਾਂ ਨੂੰ ਲੋਡ ਹੀਟ ਦੇ ਲਈ ਨਾ ਆਪਾਂ ਯੂਜ਼ ਕਰਨਾ ਪੈਂਦਾ ਆਪਾਂ ਉਹਦੇ ਵਿੱਚ ਕੀ ਕਰਦੇ ਆ ਆਪਾਂ ਜਾਂ ਤਾਂ ਹੀਟਰ ਲਾ ਲੈਨੇ ਆ ਜਾਂ ਬੱਲ ਬਲਾ ਲੈਨੇ ਆ ਉਹ ਦੋਨੇ ਚੀਜ਼ਾਂ ਦੀ ਪ੍ਰੈਕਟਿਸ ਬਹੁਤ ਗਲਤ ਆ ਵੀਰੇ ਮੈਂ ਵੀ ਹੁਣ ਤੱਕ ਯੂਜ਼ ਕਰਦਾ ਰਿਹਾ ਪਰ ਮੈਨੂੰ ਉਹਦੇ ਜਦੋਂ ਰਿਜ਼ਲਟ ਮਿਨੇ ਮੈਨੂੰ ਪਤਾ ਲੱਗੇ ਉਹ ਮੈਨੂੰ ਹੁਣ ਪਤਾ ਲੱਗ ਰਿਹਾ ਵੀ ਉਹ ਬਹੁਤ ਗਲਤ ਚੀਜ਼ ਆ ਉਹ ਕੀ ਕਰਦਾ ਹੀਟਰ ਨਾ ਜਿਹੜਾ ਬੱਚੇ ਦੀ ਬਾਡੀ ਦੇ ਵਿੱਚੋਂ ਪਾਣੀ ਸੋਖ ਲੈਂਦਾ ਉਹਦੇ ਕਰਕੇ ਕੀ ਹੁੰਦਾ ਬੱਚੇ ਦਾ ਟੈਂਪਰੇਚਰ ਘਟ ਜਾਂਦਾ ਤੇ ਬੱਚਾ ਆਕੜਨ ਲੱਗ ਜਾਂਦਾ ਆਕੜ ਕੇ ਬੱਚਾ ਮਰ ਜਾਂਦਾ ਜਿਹਦੀ ਜਿਹਦਾ ਕਿ ਕਈ ਵਾਰੀ ਦੂਜੇ ਆਮ ਬੰਦੇ ਨੂੰ ਵਹਿਮ ਹੋ ਜਾਂਦਾ ਕਿ ਦੁੱਧ ਦੇ ਵਿੱਚ ਇਨਫੈਕਸ਼ਨ ਸੀ ਪਰ ਉਹ ਦੁੱਧ ਦੇ ਵਿੱਚ ਇਨਫੈਕਸ਼ਨ ਨਹੀਂ ਹੁੰਦੀ ਉਹ ਇਹਦੇ ਕਰਕੇ ਹੁੰਦਾ ਵਾ ਜਦੋਂ ਬਾਡੀ ਦੇ ਵਿੱਚੋਂ ਪਾਣੀ ਮੁੱਕ ਜਾਂਦਾ ਵਾ ਇਹਦੇ ਲਈ ਆਪਾਂ ਕੀ ਕਰਨਾ ਇੱਕ ਆ ਆਈਟਮ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ ਇਨਫਰਾ ਰੈਡ ਬੱਲਵ ਕਹਿੰਦੇ ਨੇ ਆਪਾਂ ਬੱਲਵ ਤੇ ਹੀਟਰ ਦੋਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਮੇਰੀ ਰਿਕਵੈਸਟ ਆ ਵੀਰੇ ਉਹ ਬਹੁਤ ਨੁਕਸਾਨ ਕਰਦਾ ਇਹ ਚੀਜ਼ ਦਾ ਨੁਕਸਾਨ ਕੋਈ ਵੀ ਨਹੀਂ ਬਿਲਕੁਲ ਵੀ ਦਾ ਕੋਈ ਨੁਕਸਾਨ ਨਹੀਂ ਇਹ ਬੱਚੇ ਦੀ ਬਾਡੀ ਦੇ ਵਿੱਚੋਂ ਪਾਣੀ ਵੀ ਨਹੀਂ ਖੱਚਦਾ ਬੱਚੇ ਦਾ ਮੂੰਹ ਤੇ ਜੀਭਾਂ ਸੁੱਕਦੀਆਂ ਨਹੀਂ ਜਿਹਦੇ ਕਰਕੇ ਬੱਚਾ ਨਹੀਂ ਮਰਦਾ ਤੇ ਜੇ ਕਿਸੇ ਬੱਚੇ ਨੂੰ ਕੋਈ ਮਤਲਬ ਪ੍ਰੋਬਲਮ ਆਉਂਦੀ ਵੀ ਆ ਤਾਂ ਬੱਚਾ ਰਿਕਵਰ ਕਰ ਜਾਂਦਾ ਹੀਟ ਦੇ ਨਾਲ ਇਹ ਇਨਫਰਾ ਰੈਡ ਬੱਲ ਬਣਾ ਜਿਹੜਾ ਉਨੀ ਕੀ ਹੀਟ ਦਿੰਦਾ ਜਿੰਨੀ ਕਿ ਬੱਚੇ ਨੂੰ ਆਪਣੀ ਮਾਂ ਦੇ ਪੇਟ ਦੇ ਵਿੱਚੋਂ ਮਿਲ ਰਹੀ ਹੁੰਦੀ ਹੈ ਸੋ ਠੀਕ ਹੈ ਵੀਰੇ ਧੰਨਵਾਦ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ